ਸਸਿਕਾਲ ਜੀ ਅੱਜ ਬੜੇ ਬੜੇ ਸੱਪ ਨਿਕਲਿਆ ਸੀਗਾ ਇਹ ਉੱਪਰ ਤੀਸਰੀ ਮੰਜ਼ਿਲ ਤੇ ਆ ਤੇ ਮੈਨੂੰ ਲੱਗਦਾ ਕਾਮਨ ਗੁਲਫ ਲੱਗਦਾ ਕਿਉਂਕਿ ਉਹੀ ਸ਼ਿਵਕਲੀਆਂ ਵਾਲੇ ਉੱਪਰ ਚੜ ਜਾਂਦਾ ਤੇ ਅਜੋ ਰੈਸਕਿਊ ਕਰਦਾ ਚੰਡੀਗੜ੍ਹ ਉਹੀ ਆ ਜੀ ਕਾਮਨ ਗੁਲਫ ਹੀ ਸੋਈ ਨਿਕਲੇ ਬੱਚਾ ਸੀਗਾ ਤੇ ਸੋਈ ਨਿਕਲੇ ਮੂਵੀ ਦੇਖਾ ਜਾ ਬੜਾ ਨਾ ਆ ਕਰਦੇ ਪਿਆ ਨੇ ਕੋਈ ਹੋਰ ਥੋੜੀ ਜਿਹੀ ਉਹ ਛੋਟੀ ਚੀਜ਼ ਹੈ ਸਤਿ ਸ਼੍ਰੀ ਅਕਾਲ ਜੀ ਇਹ ਅੱਜ ਸਵੇਰੇ ਕਾਮਨ ਬੁਲਫ ਰੈਸਕਿਊ ਕੀਤਾ ਸੀਗਾ ਇਹ ਬਜਵਾੜੇ ਤੋਂ ਕੀਤਾ ਸੀਗਾ ਅਤੇ ਉਹਨਾਂ ਦੀ ਨਾ ਤੀਸਰੀ ਮੰਜ਼ਿਲ ਦੇ ਸਿਖਰ 'ਤੇ ਮਤਲਬ ਕਿ ਕੋਠੇ 'ਤੇ ਸੀਗਾ ਮੈਂ ਦੱਸਣਾ ਚਾਹੁੰਦਾ ਇਹ ਕਾਮਨ ਬੁਲਫ ਛਿਪਕਲੀ ਦੇ ਆਂਡੇ ਬੱਚੇ ਖਾਣ ਦੇ ਲਈ ਘਰਾਂ 'ਚ ਆ ਜਾਂਦੇ ਆ ਇਹਨਾਂ 'ਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦੀ ਇਹਨੂੰ ਜ਼ਹਿਰੀਲਾ ਸੱਪ ਨਾ ਸਮਝਿਆ ਕਰੋ ਜੇ ਤੁਹਾਨੂੰ ਘਰੇ ਦਿਖਦਾ ਤਾਂ ਆਪ ਕੋਈ ਕੱਪੜਾ ਵੱਡਾ ਸਾਰਾ ਲੈ ਕੇ ਇਹਦੇ ਉੱਤੇ ਸਿੱਟ ਕੇ ਕੱਪੜੇ ਦੇ ਨਾਲ ਚੱਕ ਲਿਆ ਕਰੋ ਜੇ ਵਾਈਟ ਵੀ ਤੁਹਾਡੇ ਹੱਥ 'ਤੇ ਕਰਤੀ ਤਾਂ ਇਹਦਾ ਬਿਲਕੁਲ ਵੀ ਕੋਈ ਡਰ ਨਹੀਂ ਹੁੰਦਾ ਮਤਲਬ ਕਿ ਇਹ 'ਚ ਬਿਲਕੁਲ 0% ਜ਼ਹਿਰ ਹੁੰਦੀ ਆ ਵਾਈਟ ਬਹੁਤ ਜ਼ਿਆਦਾ ਵਾਰ ਵਾਰ ਕਰਦਾ ਤੁਸੀਂ ਇਸ ਕਰਕੇ ਕੱਪੜੇ ਨਾਲ ਚੱਕ ਲੈਣਾ ਜਿਹਨੇ ਵਾਈਟ ਕੱਪੜੇ ਦੇ ਵਿੱਚ ਕੀਤੀ ਵੀ ਹੋਈ ਜਦੋਂ ਇਹਨੇ ਛੱਡਣਾ ਤੁਸੀਂ ਉਦੋਂ ਛੱਡਣਾ ਇਹ ਨਹੀਂ ਕਿ ਕੱਪੜੇ ਦੇ ਵਿੱਚ ਵਾਈਟ ਕੀਤੀ ਤੁਸੀਂ ਕੱਪੜਾ ਖਿੱਚਦਾ ਤੇਰੇ ਦੰਦ ਟੁੱਟ ਜਾਣੇ ਆ ਇਸ ਕਰਕੇ ਦੰਦੇ ਦੇ ਦੁਆਰਾ ਆਉਣ ਨੂੰ ਘੱਟੋ ਘੱਟ 25-30 ਦਿਨ ਲੱਗ ਜਾਂਦੇ ਆ ਅਤੇ ਤੱਕ ਇਹਨੇ ਭੁੱਖਾ ਰਹਿਣਾ ਅਤੇ ਭੁੱਖ ਦੇ ਨਾਲ ਫਿਰ ਮਰ ਵੀ ਸਕਦਾ ਵਾ ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ਇਹਨੂੰ ਧਿਆਨ ਦੇ ਨਾਲ ਫੜਨਾ ਕੱਪੜਾ ਸਿੱਟ ਕੇ ਅਤੇ ਇਹਨੂੰ ਈਜ਼ੀ ਛੱਡ ਦੇਣਾ ਵਾ ਜੇ ਤੁਹਾਨੂੰ ਸਨੇਕ ਦੇ ਬਾਰੇ ਨਹੀਂ ਪਤਾ ਲੱਗੂਗਾ ਤੁਸੀਂ ਮੈਨੂੰ ਵਟਸਐਪ 'ਤੇ ਪਿਕ ਭੇਜ ਕੇ ਤਾਂ ਮੈਨੂੰ ਪੁੱਛ ਸਕਦੇ ਹੋ ਚਲੋ ਹੁਣ ਇਹਨੂੰ ਰਿਲੀਜ਼ ਕਰ ਦਈਏ ਇਹਦੇ ਪਾਪਾ ਬਾਰੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ